ਵਾਰ ਪਹਿਲੇ ਪਹਿਲਾ ਸੂਆ ਸੁਣਾ ਇਹ ਤਕਰੀਬਨ 10 ਤੋਂ 12 ਦਿਨ ਲੈਂਦੀ ਹੈ ਸੂਣ ਨੂੰ ਮਾਸ਼ਾਅੱਲਾ ਸੋਹਣਾ ਸੁਥਰਾ ਔਰ ਹਵਾਨਾ ਬੜਾ ਖੂਬਸੂਰਤ ਬਣਾਈ ਤੁਸੀਂ ਇਹ ਤਕਰੀਬਨ ਤੇ ਮਾਲਕ ਤਾਂ ਕਹਿ ਰਿਹਾ ਕਿ ਬੜਾ ਇਹਦਾ ਹਵਾਨਾ ਕੱਢਦੀ ਹੈ ਜੀ ਮਾਂ ਵੀ ਇਹਦੀ ਬੜੀ ਨਸਲੀ ਹੈ ਜਾਨਵਰ ਬੜਾ ਸੋਹਣਾ ਸੁਥਰਾ ਬਾਕੀ ਤਸੱਲੀਆਂ ਮੇਰੇ ਵੀਰਾਂ ਨੇ ਕਰਨੀਆਂ ਨੇ ਸਿਰੋਂ ਕੋਨੀ ਹੈ ਸਿੰਘ ਬਣਵਾਏ ਹੋਏ ਨੇ ਜੀ ਮਾਸ਼ਾਅੱਲਾ ਬਾਕੀ ਹੋਂਟ ਗੁਲਾਬੀ ਨੇ ਮਾਸ਼ਾਅੱਲਾ ਬਿਲਕੁਲ ਵਾਈਟ ਪੀਸ ਹੈ ਬਿਲਕੁਲ ਕੋਈ ਦਾਗ ਕੋਈ ਨਹੀਂ ਹੈਗਾ ਬਲੈਕ ਦਾਗ ਜਾਂ ਕੋਈ ਵੀ ਦਾਗ ਨਹੀਂ ਹੈਗਾ ਸਾਰੀ ਵਾਈਟ ਹੈ ਮਾਸ਼ਾਅੱਲਾ ਚਿੱਟੇ ਰੰਗ ਦੇ ਵਿੱਚ ਬਾਕੀ ਟੋਰਾ ਫੇਰਾ ਵੀ ਵੀਰਾਂ ਨੂੰ ਦਿਖਾਉਣੇ ਆ ਟੋਰੋ ਜੀ ਭਾਈ ਜਾਨ ਕੱਤ ਔਰ ਖੂਨ ਪਿੱਤ ਸਾਰਾ ਕੁਛ ਮੇਰੇ ਵੀਰਾਂ ਦੇ ਸਾਹਮਣੇ ਬਾਕੀ ਤਸੱਲੀਆਂ ਹਰ ਐਂਗਲ ਮੇਰੇ ਵੀਰਾਂ ਨੇ ਦੇਖਣਾ ਹੈ ਔਰ ਅਸੀਂ ਆਪਣੇ ਮੈਨੂੰ ਫੁੱਲ ਕੋਸ਼ਿਸ਼ ਕਰਨੀ ਕਿ ਵੀਰਾਂ ਨੂੰ ਹਰ ਐਂਗਲ ਹਰ ਚੀਜ਼ ਦਿਖਾਈਏ ਖਾਣ ਬੜਾ ਸੋਹਣਾ ਕੱਢਿਆ ਹੋਇਆ ਹੈ ਔਰ ਰੰਗ ਬੜਾ ਪਿਆਰਾ ਖੂਬਸੂਰਤੀ ਬੜੀ ਮਾਸ਼ਾਅੱਲਾ ਅੱਖ ਬੜੀ ਸੋਹਣੀ ਬਾਕੀ ਹਰ ਚੀਜ਼ ਮੇਰੇ ਵੀਰਾਂ ਨੇ ਦੇਖਣੀ ਹੈ ਕੈਮਰਾਮੈਨ ਸਾਹਿਬ ਰਿਕੁਐਸਟ ਕਰਾਂਗਾ ਕਿ ਸਾਰਾ ਕੁਛ ਦਿਖਾਉਣਾ ਕਿ ਕੋਈ ਕਿਸੇ ਕਿਸਮ ਦੀ ਗਲਤੀ ਰਹਿ ਨਾ ਜਾਵੇ ਵਿੱਚ ਮੈਂ ਦੋਸਤ ਇਹ ਨਾ ਕਹਾਂ ਕਿ ਫਰਮਾਨ ਭਾਈ ਫਲਾਣੀ ਚੀਜ਼ ਦਿਖਾਈ ਨਹੀਂ ਅੱਜ ਮਾਲਕ ਤਾਂ ਸਾਡੇ ਕੋਲ ਛੋਟਾ ਜਾਈਏ ਠੀਕ ਹੈ ਉਹਨੂੰ ਉਹਦੇ ਕੋਲ ਪੁੱਛਣੇ ਆ ਬਕਾਇਆ ਡਿਟੇਲ ਵੀ ਰੇਟ ਵੀ ਹਰ ਚੀਜ਼ ਉਹਦੇ ਕੋਲ ਪੁੱਛਾ ਕੇ ਮਾਸ਼ਾਅੱਲਾ ਜਾਨਵਰ ਦੀ ਤਸੱਲੀ ਕਰਨੀ ਹੈ ਬਾਕੀ ਕੋਈ ਕਿਸਮ ਦਾ ਹਰ ਚੀਜ਼ ਦੀ ਗਰੰਟੀ ਹੋਵੇਗੀ ਲੈਣੇ ਨੇ ਦੇਣੇ ਨਸੀਬ ਨੇ ਮੇਰੇ ਵੀਰਾਂ ਦੇ ਸ਼ੌਕ ਪੂਰੇ ਹੁੰਦੇ ਨੇ ਇਸ ਤੋਂ ਬਾਅਦ ਕੋਈ ਚੀਜ਼ ਨਹੀਂ ਬਾਕੀ